ਨਹੀਂ ਨਹੀਂ ਮੈਂ ਉਹਦੀ ਨਿੰਦਾ ਕਰਦਾ, ਬਹੁਤ ਸਖ਼ਤ ਨਿੰਦਾ ਕਰਦੇ ਹਾਂ। ਕੋਈ ਵੀ ਬੰਦਾ ਟੂਰਿਸਟ ਜਿਹੜਾ ਡਲਹੌਜ਼ੀ ਹੈ, ਉਹ ਤਾਂ ਸਮਝ ਲਓ ਕਿ ਪੰਜਾਬੀ ਸਾਰੇ ਜਾਂਦੇ ਉੱਥੇ, ਇਹ ਤਾਂ ਵਿਚਾਰੇ ਬਾਹਰੋਂ ਆਏ ਸੀਗੇ। ਉਹਦੇ ਜਿਹੜਾ ਮੁੰਡਾ ਨੌਜਵਾਨ ਇਹਨਾਂ ਦਾ 25 ਸਾਲ ਤੋਂ ਸਪੇਨ 'ਚ ਰਹਿੰਦਾ, ਉਹਦੀ ਵਾਈਫ ਗੋਰੀ ਦੇ ਨਾਲ ਉਹਨੇ ਮੈਰਿਜ ਕੀਤੀ ਹੈ। ਉਹ ਜੋ ਮੈਂ ਉਹਨਾਂ ਦਾ ਬਿਆਨ ਸੁਣਿਆ, ਜੋ ਮੈਂ ਉੱਥੋਂ ਵੀ ਪਤਾ ਕੀਤਾ ਕਿ ਇੱਕ ਗੱਡੀ ਪਾਰਕ ਕਰ ਦਿਉ, ਉਹਨਾਂ ਦਾ ਝਗੜਾ ਹੋ ਗਿਆ ਪੁੱਜ ਖਜਾਰ ਦੇ ਵਿੱਚ, ਉੱਥੇ ਬੜਾ ਰਸ਼ ਹੁੰਦਾ, ਉੱਥੇ ਉਹਨਾਂ ਦਾ ਝਗੜਾ ਹੋਇਆ, ਉਹਨਾਂ ਨੂੰ ਫਿਰ ਉਹ ਭੀੜ ਨੇ ਮਾਰਿਆ ਕੁੱਟਿਆ ਅਤੇ ਮਾੜੀ ਗੱਲ ਕੀਤੀ ਹੈ। ਮੈਂ ਇਹਦੀ ਨਿੰਦਾ ਕਰਦਾ, ਉਹ ਮੈਂ ਹੁਣੇ ਜੇ ਮਿਲ ਗਏ ਅਤੇ ਮੈਂ ਕੋਸ਼ਿਸ਼ ਕਰ ਰਿਹਾ ਕਿ ਉਹਦੀ FIR ਅੰਮ੍ਰਿਤਸਰ ਦੇ ਵਿੱਚ ਦਰਜ ਕਰਾਈ ਜਾਵੇ। ਨਹੀਂ ਨਹੀਂ ਗਲਤ, ਵੇਖੋ ਮਾਲਕੋਟ ਤਾਂ ਕਿਤੇ ਵੀ ਹੁੰਦੀ ਆ, ਤਾਂ ਉਹ ਗਲਤ ਹੈ। ਦੇਸ਼ ਦੇ ਕਿਸੇ ਵੀ ਹਿੱਸੇ ਦੇ ਵਿੱਚ ਜੇ ਕਿਸੇ ਸੈਲਾਨੀ ਦੇ ਉੱਤੇ ਅਟੈਕ ਹੁੰਦਾ, ਕੋਈ ਇੱਦਾਂ ਦੀ ਕਾਰਵਾਈ ਹੁੰਦੀ ਆ, ਤਾਂ ਉਹ ਗਲਤ ਆ, ਉਹਦੀ ਨਿੰਦਾ ਕਰਨੀ ਚਾਹੀਦੀ ਆ। ਔਰ ਹਿਮਾਚਲ ਦੇ ਵਿੱਚ ਤਾਂ ਮੈਂ ਸਮਝਦਾ ਕਿ ਜਿਹੜੇ ਉੱਥੋਂ ਦੇ DGP ਸਾਹਿਬ ਨੇ ਜਾਂ ਚੀਫ ਮਿਨਿਸਟਰ ਸਾਹਿਬ ਨੇ, ਉਹਨਾਂ ਨੂੰ ਬੜਾ ਸਖਤੀ ਨਾਲ ਖਿਆਲ ਰੱਖਣਾ ਚਾਹੀਦਾ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਸਾਰੇ ਹੀ ਭਾਰਤ ਦੇ ਵਿੱਚੋਂ ਮਤਲਬ ਲੋਕ ਉੱਥੇ, ਕਿਉਂਕਿ ਠੰਡ ਹੁੰਦੀ ਹੈ ਅਤੇ ਸਾਰੇ ਲੋਕ ਉੱਥੇ ਆਉਂਦੇ ਆ, ਬਹੁਤ ਰਸ਼ ਹੁੰਦਾ, ਅਤੇ ਜਿੰਨੇ ਵੀ ਲੋਕ ਜਾਂਦੇ, ਚਾਹੇ ਪੰਜਾਬੀ ਹੈ ਚਾਹੇ ਕੋਈ ਹੋਰ ਆਉਂਦਾ, ਤਾਂ ਉਹਨਾਂ ਦੀ ਜਾਨ ਮਾਲ ਦੀ ਰੱਖਿਆ ਕਰਨੀ ਉੱਥੋਂ ਦੀ ਗੌਰਮੈਂਟ ਦੀ ਡਿਊਟੀ ਹੈ। ਕਿਉਂਕਿ ਕਰੋੜਾਂ ਰੁਪਈਆ, ਅਰਬਾਂ ਰੁਪਈਆ ਜਿਹੜਾ ਇਹਨਾਂ ਦਿਨਾਂ 'ਚ ਉੱਥੇ ਖਰਚ ਹੁੰਦਾ, ਹੋਟਲਾਂ 'ਤੇ ਐਡੇ ਐਡੇ ਮਹਿੰਗੇ ਹੋਟਲ ਨੇ, ਰੋਟੀ ਫੂਡ ਕਈ ਕੁਛ, ਤੋ ਜਿਹੜਾ ਸੈਲਾਨੀ ਆਉਂਦਾ ਉਹਦੀ ਸੁਰੱਖਿਆ ਕਰਨੀ ਉੱਥੋਂ ਦੀ ਸਰਕਾਰ ਦੀ ਡਿਊਟੀ ਹੈ, ਕਰਨੀ ਚਾਹੀਦੀ ਹੈ। ਔਰ ਮੈਂ ਇਸ ਘਟਨਾ ਦੀ ਪਰਜੋਰ ਨਿੰਦਾ ਕਰਦਾ, ਔਰ ਮੈਂ ਇਸ NRI ਜੋੜੇ ਦੇ ਨਾਲ ਹਾਂ, ਔਰ ਜੇ ਉਹ ਚਾਹੁਣਗੇ ਤਾਂ ਉਹਨਾਂ ਲਈ, ਮੈਂ ਤਾਂ ਚੱਲਿਆ ਹੀ ਤੋਂ ਪਤਾ ਲੱਗਾ ਹਸਪਤਾਲ ਤੋਂ ਚਲੇ ਗਏ, ਅਤੇ ਜੇ ਉਹ ਚਾਹੁਣਗੇ ਤਾਂ ਆਪਾਂ ਉਹਨਾਂ ਦਾ ਇੱਥੇ ਪਰਚਾ ਵੀ ਜਿਹੜਾ ਉਹ ਦਰਜ ਕਰਾਂਗੇ।